ਤਾਂ ਕੀ ਹੋਇਆ ਸਾਹਿਬ ਜੀ? ਸੱਚੇ ਪਾਤਸ਼ਾਹ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਰਮਾਇਆ ਹੈ, ਚਿੜੀਆਂ ਨਾਲ ਜੇ ਬਾਜ਼ ਲੜਾਵਾਂ ਤਾਂ ਗੋਬਿੰਦ ਸਿੰਘ ਨਾਮ ਧਰਾਵਾਂ। ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਯੋਧਿਆਂ ਬਾਰੇ, ਜਿਨ੍ਹਾਂ ਨੂੰ ਸਰਕਾਰਾਂ ਨੇ ਤਾਂ ਇਤਿਹਾਸ ਵਿੱਚੋਂ ਬਾਹਰ ਕੱਢਿਆ ਹੀ ਹੈ ਅਤੇ ਅਸੀਂ ਵੀ ਭੁੱਲਦੇ ਜਾ ਰਹੇ ਹਾਂ। ਹੋ ਸਕਦਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਹੀ ਨਾ ਹੋਵੇ ਕਿ ਪੰਜਾਬ ਦੇ ਯੋਧੇ ਕੌਣ ਸੀ। ਸੋ ਇਹਨਾਂ ਨੂੰ ਜਾਣਨ ਲਈ ਸਾਨੂੰ ਥੋੜ੍ਹਾ ਇਤਿਹਾਸ ਵਿੱਚ ਪਿੱਛੇ ਜਾਣਾ ਪਵੇਗਾ। ਗੱਲ ਹੈ 1947 ਤੋਂ ਪਹਿਲਾਂ ਦੀ, ਜਦ ਭਾਰਤ ਦੇਸ਼ ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ। ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਅਤੇ ਆਜ਼ਾਦੀ ਲਈ ਸ਼ਹੀਦੀਆਂ ਪਾਉਣ ਵਿੱਚ ਪੰਜਾਬੀਆਂ ਦਾ ਨਾਮ ਪਹਿਲੇ ਨੰਬਰ 'ਤੇ ਰਿਹਾ ਹੈ, ਜਿਵੇਂ ਕਿ ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ ਭਗਤ ਸਿੰਘ, ਸਰਦਾਰ ਊਧਮ ਸਿੰਘ ਤੋਂ ਲੈ ਕੇ ਪਤਾ ਨਹੀਂ ਕਿੰਨੇ ਕੁ ਪੰਜਾਬੀਆਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ, ਪਰ ਸਰਕਾਰਾਂ ਨੇ ਇਹਨਾਂ ਨੂੰ ਹਮੇਸ਼ਾ ਇਤਿਹਾਸ ਤੋਂ ਪਰੇ ਰੱਖਿਆ। ਸੋ ਉਹਨਾਂ ਯੋਧਿਆਂ ਵਿੱਚੋਂ ਅੱਜ ਆਪਾਂ ਇੱਕ ਮਹਾਨ ਯੋਧੇ ਬਾਰੇ ਤੁਹਾਨੂੰ ਦੱਸਾਂਗੇ, ਜਿਹਦੇ ਸਾਹਮਣੇ ਹਿਟਲਰ ਦੀ ਫੌਜ ਵੀ ਸਲੂਟ ਕਰਦੀ ਸੀ। ਜਦੋਂ ਵਰਲਡ ਵਾਰ 2 ਦੇ ਵਿੱਚ ਜਰਮਨੀ ਵੱਲੋਂ ਲੜੀ ਗਈ ਉਸ ਯੋਧੇ ਨੇ ਜੰਗ ਜਿੱਤੀ, ਤਾਂ ਜੰਗ ਜਿੱਤਣ ਤੋਂ ਬਾਅਦ ਹਿਟਲਰ ਨੇ ਖੁਸ਼ੀ ਨਾਲ ਉਸਨੂੰ ਗਿਫਟ ਦੇਣਾ ਚਾਹਿਆ, ਤਾਂ ਉਸਨੇ ਗਿਫਟ ਵਿੱਚ ਹਿਟਲਰ ਕੋਲੋਂ ਤਕੜੇ ਹਥਿਆਰ ਮੰਗੇ ਕਿ ਸਾਨੂੰ ਤਕੜੇ ਹਥਿਆਰ ਦਿਓ ਕਿ ਜਿਨ੍ਹਾਂ ਦੀ ਮਦਦ ਨਾਲ ਅਸੀਂ ਨਾਲ ਅੰਗਰੇਜ਼ਾਂ ਨੂੰ ਇੱਥੋਂ ਭਜਾ ਸਕੀਏ ਅਤੇ ਆਪਣਾ ਭਾਰਤ ਦੇਸ਼ ਆਜ਼ਾਦ ਕਰਵਾ ਸਕੀਏ। ਉਸ ਯੋਧੇ ਦਾ ਨਾਮ ਸੀ ਸਰਦਾਰ ਮੋਹਨ ਸਿੰਘ ਜੀ। ਤੋਂ ਨਾਲ ਹੀ ਸਾਨੂੰ ਇਹ ਵੀ ਜਾਣ ਕੇ ਬਹੁਤ ਮਾਣ ਹੋਊਗਾ ਕਿ ਭਾਰਤ ਦੀ ਪਹਿਲੀ ਫੌਜ ਆਜ਼ਾਦ ਹਿੰਦ ਫੌਜ ਦੇ ਪਹਿਲੇ ਜਨਰਲ ਸਰਦਾਰ ਮੋਹਨ ਸਿੰਘ ਜੀ ਸੀ। ਪਰ ਜਨਰਲ ਮੋਹਨ ਸਿੰਘ ਵਾਸ ਅਮੰਗ ਦ ਮੋਸਟ ਪ੍ਰੋਮੀਨੈਂਟ INA ਕਮਾਂਡਰਸ ਲੈਡ ਇਟ ਔਨ ਦ ਵਾਰ ਫੀਲਡ। ਹੀ ਵਾਸ INA's ਫਰਸਟ ਜਨਰਲ। ਹੁਣ ਆਪਾਂ ਵਧਦੇ ਹਾਂ ਵੀਡੀਓ ਵੱਲ ਤੇ ਸਰਦਾਰ ਮੋਹਨ ਸਿੰਘ ਜੀ ਦੀ ਡਿਟੇਲ ਵਿੱਚ ਗੱਲ ਕਰਾਂਗੇ। ਸੋ ਸਰਦਾਰ ਮੋਹਨ ਸਿੰਘ ਜੀ ਦਾ ਜਨਮ 3 ਜਨਵਰੀ 1909 ਨੂੰ ਸਰਦਾਰ ਤਾਰਾ ਸਿੰਘ ਅਤੇ ਮਾਤਾ ਹੁਕਮ ਕੌਰ ਦੇ ਘਰ ਪਿੰਡ ਉੱਗੋ ਕੇ ਸਿਆਲਕੋਟ ਵਿੱਚ ਹੋਇਆ, ਜੋ ਕਿ ਹੁਣ ਪਾਕਿਸਤਾਨ ਵਿੱਚ ਹੈ। ਸਰਦਾਰ ਮੋਹਨ ਸਿੰਘ ਦੇ ਜਨਮ ਤੋਂ 2 ਮਹੀਨੇ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਮਾਤਾ ਉਸੇ ਜ਼ਿਲ੍ਹੇ ਵਿੱਚ ਪਿੰਡ ਬਦਿਆਣਾ ਆਪਣੇ ਮਾਪਿਆਂ ਦੇ ਘਰ ਚਲੀ ਗਈ ਸੀ, ਜਿੱਥੇ ਸਰਦਾਰ ਮੋਹਨ ਸਿੰਘ ਜੀ ਦਾ ਜਨਮ ਅਤੇ ਪਾਲਣ ਪੋਸ਼ਣ ਵੀ ਹੋਇਆ। ਸਰਦਾਰ ਮੋਹਨ ਸਿੰਘ ਜੀ ਨੇ ਸੈਕੰਡਰੀ ਸਕੂਲ ਪਾਸ ਕਰਨ ਤੋਂ ਬਾਅਦ 1927 ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦੀ 14ਵੀਂ ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋ ਗਏ। ਫਿਰੋਜ਼ਪੁਰ ਵਿਖੇ ਆਪਣੀ ਭਰਤੀ ਦੀ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਉਹ ਰੈਜੀਮੈਂਟ ਦੀ 2 ਬਟਾਲੀਅਨ ਵਿੱਚ ਸੀ। ਉਹਨਾਂ ਨੂੰ 1931 ਵਿੱਚ ਸੰਭਾਵੀ ਅਧਿਕਾਰੀ ਵਜੋਂ ਚੁਣਿਆ ਗਿਆ ਅਤੇ ਕਿਚਨਰ ਕਾਲਜ ਵਿੱਚ ਨੌਗੋਂਗ ਮੱਧ ਪ੍ਰਦੇਸ਼ ਵਿੱਚ 6 ਮਹੀਨਿਆਂ ਦੀ ਟ੍ਰੇਨਿੰਗ ਅਤੇ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਵਿੱਚ ਹੋਰ 2.5 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੇ 1 ਫਰਵਰੀ 1935 ਨੂੰ ਆਪਣਾ ਕਮਿਸ਼ਨ ਪ੍ਰਾਪਤ ਕੀਤਾ ਅਤੇ 1 ਸਾਲ ਲਈ ਬ੍ਰਿਟਿਸ਼ ਆਰਮੀ ਯੂਨਿਟ 2 ਬਟਾਲੀਅਨ ਬਾਰਡਰ ਰੈਜੀਮੈਂਟ ਵਿੱਚ ਤਾਇਨਾਤ ਰਹੇ। ਫਿਰ ਸਰਦਾਰ ਜੀ ਨੂੰ ਆਰਜੀ ਕੈਪਟਨ ਵਜੋਂ ਤਰੱਕੀ ਦਿੱਤੀ ਗਈ। ਫਿਰ ਸਰਦਾਰ ਮੋਹਨ ਸਿੰਘ ਜੀ ਨੇ ਦਸੰਬਰ 1940 ਵਿੱਚ ਵਿਆਹ ਤੋਂ ਬਾਅਦ ਮਲਾਇਆ, ਜੋ ਕਿ ਮਲੇਸ਼ੀਆ ਦਾ ਪੁਰਾਣਾ ਨਾਮ ਮਲਾਇਆ ਸੀ, ਮਲਾਇਆ ਲਈ ਰਵਾਨਾ ਹੋ ਗਏ। ਜਪਾਨ ਨੇ 7 ਦਸੰਬਰ 1941 ਨੂੰ ਪਰਲ ਹਾਰਬਰ ਹਵਾਈ ਵਿਖੇ ਅਮਰੀਕੀ ਹਵਾਈ ਅੱਡੇ ਤੇ ਅਚਾਨਕ ਹਮਲਾ ਕਰਕੇ ਜੰਗ ਵਿੱਚ ਪ੍ਰਵੇਸ਼ ਕੀਤਾ ਅਤੇ ਕੁਝ ਹੀ ਹਫ਼ਤਿਆਂ ਵਿੱਚ ਪੂਰੇ ਦੱਖਣੀ ਪੂਰਬੀ ਏਸ਼ੀਆ ਨੂੰ ਪਛਾੜ ਦਿੱਤਾ। ਅਕਤੂਬਰ ਵਿੱਚ ਫੁਜੀਵਾੜਾ ਜਾਂ ਫਿਰ ਐਫਕਿਕਾਨ ਦੀ ਸਥਾਪਨਾ ਕੀਤੀ, ਜਿਸ ਦੇ ਮੁਖੀ 15ਵੀਂ ਫੌਜ ਦੇ ਖੁਫੀਆ ਮੁਖੀ ਮੇਜਰ ਫੁਜੀਵਾੜਾ ਅਵੈਚੀ ਸਨ। ਜਪਾਨ ਨਾਲ ਦੋਸਤੀ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਭਾਰਤੀ
ਸੁਤੰਤਰਤਾ ਅੰਦੋਲਨ, ਵਿਦੇਸ਼ੀ ਚੀਨੀ ਅਤੇ ਮਲਿਆਨ ਸੁਲਤਾਨ ਨਾਲ ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਸੰਪਰਕ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਫੁਜੀਵਾੜਾ ਦੇ ਸਟਾਫ ਵਿੱਚ 5 ਕਮਿਸ਼ਨਡ ਅਧਿਕਾਰੀ ਅਤੇ 2 ਹਿੰਦੀ ਭਾਸ਼ਾ ਵਾਲੇ ਦੁਭਾਸ਼ੀਏ ਸ਼ਾਮਲ ਸਨ। ਉਹਨਾਂ ਦਾ ਮੁੱਢਲਾ ਸੰਪਰਕ ਗਿਆਨੀ ਪ੍ਰੀਤਮ ਸਿੰਘ ਜੀ ਨਾਲ ਸੀ। ਗਿਆਨੀ ਪ੍ਰੀਤਮ ਸਿੰਘ ਜੀ ਅਜਿਹੀ ਜਥੇਬੰਦੀ ਦੇ ਆਗੂ ਸੀ। ਉਸ ਨੇ ਅਤੇ ਮੇਜਰ ਫੁਜੀਵਾੜਾ ਇੱਕ ਜਾਪਾਨੀ ਅਧਿਕਾਰੀ ਨੇ ਸਰਦਾਰ ਮੋਹਨ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਇੱਕ ਭਾਰਤੀ ਫੌਜ ਬਣਾਉਣ ਜਿਸ ਵਿੱਚ ਫੜੇ ਗਏ ਭਾਰਤੀ ਸੈਨਿਕ ਸ਼ਾਮਲ ਹੋਣ। ਇਹ ਉਹੀ ਪਹਿਲੀ ਭਾਰਤੀ ਫੌਜ ਸੀ ਜਿਨ੍ਹਾਂ ਦੇ ਸਰਦਾਰ ਮੋਹਨ ਸਿੰਘ ਜੀ ਨੇ ਸ਼ੁਰੂਆਤ ਕੀਤੀ ਸੀ। ਸਰਦਾਰ ਮੋਹਨ ਸਿੰਘ ਜੀ ਪਹਿਲਾਂ ਤਾਂ ਝਿਜਕੇ ਪਰ ਅਖੀਰ ਵਿੱਚ ਮੰਨ ਗਏ। ਫੁਜੀਵਾੜਾ ਨੇ ਉਸ ਨੂੰ ਆਤਮ ਸਮਰਪਣ ਕਰਨ ਵਾਲੇ 40,000 ਦੇ ਕਰੀਬ ਭਾਰਤੀ ਸੈਨਿਕਾਂ ਨੂੰ ਸਰਦਾਰ ਮੋਹਨ ਸਿੰਘ ਦੇ ਹਵਾਲੇ ਕਰ ਦਿੱਤਾ। ਇਹ ਪਹਿਲੀ ਇੰਡੀਅਨ ਨੈਸ਼ਨਲ ਆਰਮੀ ਦੇ ਗਠਨ ਦੀ ਦਿਸ਼ਾ ਵਿੱਚ ਸ਼ੁਰੂਆਤੀ ਕਦਮ ਸੀ। ਸਰਦਾਰ ਮੋਹਨ ਸਿੰਘ ਜੀ ਬਟਾਲੀਅਨ ਪੰਜਾਬ ਰੈਜੀਮੈਂਟ ਸਮੇਤ ਮਲੇਸ਼ੀਆ ਪ੍ਰਾਇਦੀਪ ਦੇ ਉੱਤਰੀ ਹਿੱਸੇ ਵਿੱਚ ਬਰਤਾਨਵੀ ਫੌਜ ਦੱਖਣ ਵੱਲ ਭੱਜ ਰਹੀ ਸੀ। ਮੋਹਨ ਸਿੰਘ ਦੀਆਂ ਆਪਣੀਆਂ ਫੌਜਾਂ ਨੂੰ ਜਾਪਾਨੀ ਫੌਜਾਂ ਨੇ ਜੀਤਰਾ ਵਿਖੇ ਪਛਾੜ ਕੇ ਤਬਾਹ ਕਰ ਦਿੱਤਾ ਸੀ। ਕਈ ਦਿਨਾਂ ਤੱਕ ਜੰਗਲ ਵਿੱਚ ਰਹਿਣ ਤੋਂ ਬਾਅਦ ਜਾਪਾਨੀ ਫੌਜਾਂ ਨੇ ਉਸ ਨੂੰ ਫੜ ਲਿਆ। ਸਰਦਾਰ ਮੋਹਨ ਸਿੰਘ ਨੂੰ ਅਲੋਰ ਸਟਾਰ ਤੋਂ ਫੁਜੀਵਾੜਾ ਅਤੇ ਗਿਆਨੀ ਪ੍ਰੀਤਮ ਸਿੰਘ ਨੂੰ ਐਫ ਕਿਕਾਨ ਦੇ IIL ਦੇ ਸਾਂਝੇ ਦਫ਼ਤਰ ਵਿੱਚ ਲਿਜਾਇਆ ਗਿਆ। ਫੁਜੀਵਾੜਾ, ਜਿਸ ਨੂੰ ਬਾਅਦ ਵਿੱਚ ਇੰਡੀਅਨ ਨੈਸ਼ਨਲ ਆਰਮੀ ਦਾ ਲਾਰੈਂਸ ਦੇ ਤੌਰ ਤੇ ਵਰਣਿਤ ਕੀਤਾ ਗਿਆ ਸੀ, ਕਿਹਾ ਜਾਂਦਾ ਹੈ ਕਿ ਉਹ ਉਹਨਾਂ ਕਦਰਾਂ ਕੀਮਤਾਂ ਪ੍ਰਤੀ ਵਚਨਬੱਧ ਵਿਅਕਤੀ ਸੀ ਜੋ, ਹਾਲਾਂਕਿ ਪ੍ਰੀਤਮ ਸਿੰਘ ਕਾਫੀ ਹੱਦ ਤੱਕ ਸ਼ਾਮਲ ਸੀ, ਆਪਣੇ ਆਪ ਪ੍ਰੀਤਮ ਸਿੰਘ ਅਤੇ ਫੁਜੀਵਾੜਾ ਦੇ ਵਿਚਕਾਰ ਸਰਦਾਰ ਮੋਹਨ ਸਿੰਘ ਨੇ ਦੱਖਣ ਪੂਰਬੀ ਏਸ਼ੀਆ ਵਿੱਚ ਬ੍ਰਿਟਿਸ਼ ਭਾਰਤੀ ਫੌਜਾਂ ਵਿੱਚ ਭਾਰਤੀਆਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਲੇਸ਼ੀਆ ਵਿੱਚ ਜਾਪਾਨੀਆਂ ਦੁਆਰਾ ਫੜੇ ਲੋਕਾਂ ਵਿੱਚੋਂ ਭਰਤੀ ਕਰਨਾ ਵੀ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਆਜ਼ਾਦ ਹਿੰਦ ਫੌਜ, ਜਿਸ ਨੂੰ ਇੰਡੀਅਨ ਨੈਸ਼ਨਲ ਆਰਮੀ ਵੀ ਕਿਹਾ ਜਾਂਦਾ ਹੈ, ਦੇ ਕੇਂਦਰ ਦਾ ਜਨਮ ਹੋਇਆ। ਕੁਆਲਾਲੰਪੁਰ 11 January 1942 ਨੂੰ 3500 ਭਾਰਤੀ ਜੰਗੀ ਕੈਦੀਆਂ ਨਾਲ ਅਤੇ ਸਿੰਗਾਪੁਰ 15 February ਨੂੰ 85,000 ਬ੍ਰਿਟਿਸ਼ ਸੈਨਿਕਾਂ ਨਾਲ ਡਿੱਗਿਆ, ਜਿਨ੍ਹਾਂ ਵਿੱਚੋਂ 45,000 ਭਾਰਤੀ ਸੀ। ਸਰਦਾਰ ਮੋਹਨ ਸਿੰਘ ਨੇ ਉਹਨਾਂ ਵਲੰਟੀਅਰਾਂ ਨੂੰ ਕਿਹਾ ਜੋ ਬ੍ਰਿਟਿਸ਼ ਸ਼ਾਸਨ ਤੋਂ ਭਾਰਤੀ ਆਜ਼ਾਦੀ ਲਈ ਲੜਨ ਲਈ ਆਜ਼ਾਦ ਹਿੰਦ ਫੌਜ ਵਿੱਚ ਬਣਾਉਣਗੇ, ਵੱਡੀ ਗਿਣਤੀ ਵਿੱਚ ਲੋਕ ਉਸ ਵਿੱਚ ਸ਼ਾਮਲ ਹੋਣ ਲਈ ਅੱਗੇ ਆਏ, ਜਿਸ ਨੂੰ ਆਜ਼ਾਦ ਹਿੰਦ ਫੌਜ ਕਿਹਾ ਜਾਣ ਲੱਗਾ। 15 to 23 June 1942 ਦੌਰਾਨ ਬੈਂਕਾਕ ਵਿਖੇ ਹੋਈ ਇੱਕ ਕਾਨਫਰੰਸ ਵਿੱਚ ਰਾਸ ਬਿਹਾਰੀ ਬੋਸ ਦੀ ਅਗਵਾਈ ਹੇਠ ਇੰਡੀਅਨ ਇੰਡੀਪੈਂਡੈਂਸ ਲੀਗ ਦਾ ਉਦਘਾਟਨ ਹੋ ਚੁੱਕਾ ਸੀ, ਜੋ ਇੱਕ ਭਾਰਤੀ ਕ੍ਰਾਂਤੀਕਾਰੀ ਸੀ। June 1915 ਵਿੱਚ ਭੱਜ ਕੇ ਜਾਪਾਨ ਚਲਾ ਗਿਆ ਸੀ। ਕਾਨਫਰੰਸ ਦੁਆਰਾ ਪਾਸ ਕੀਤੇ ਗਏ 35 ਮਤਿਆਂ ਵਿੱਚੋਂ ਇੱਕ ਰਾਹੀਂ ਸਰਦਾਰ ਮੋਹਨ ਸਿੰਘ ਜੀ ਨੂੰ ਭਾਰਤ ਲਈ ਆਜ਼ਾਦੀ ਦੀ ਫੌਜ ਯਾਨੀ ਕਿ ਇੰਡੀਅਨ ਨੈਸ਼ਨਲ ਆਰਮੀ ਦਾ ਕਮਾਂਡਰ ਇਨ ਚੀਫ ਨਿਯੁਕਤ ਕਰ ਦਿੱਤਾ ਗਿਆ ਸੀ। ਭਾਵੇਂ ਸਰਦਾਰ ਮੋਹਨ ਸਿੰਘ ਨੇ ਫੁਜੀਵਾੜਾ ਕਿਕਾਨ ਦੇ ਮੈਂਬਰਾਂ ਨਾਲ ਚੰਗੇ ਸੰਬੰਧ ਬਣਾਏ ਹੋਏ ਸੀ, ਪਰ ਜਲਦੀ ਹੀ ਉਹ ਜਾਪਾਨੀ ਫੌਜ ਦੇ ਮੁੱਖ ਦਫ਼ਤਰ ਤੋਂ ਨਾਰਾਜ਼ ਹੋ ਗਿਆ ਅਤੇ ਉਹਨਾਂ ਦੇ ਹੁਕਮਾਂ ਦੇ ਆਧਾਰ ਤੇ ਉਹਨਾਂ ਦੇ ਇਰਾਦਿਆਂ ਤੇ ਸ਼ੱਕ ਕਰ ਰਿਹਾ ਸੀ, ਕਿਉਂਕਿ ਉਸ ਨੂੰ ਏਦਾਂ ਲੱਗਦਾ ਸੀ ਕਿ ਉਹ ਇੰਡੀਅਨ ਨੈਸ਼ਨਲ ਆਰਮੀ ਨੂੰ ਸਿਰਫ ਜਾਪਾਨੀ ਫੌਜ ਦੇ ਹਿੱਸੇ ਵਜੋਂ ਹੀ ਵਰਤਣਾ ਚਾਹੁੰਦੇ ਸੀ। ਜਾਪਾਨੀ ਫੌਜ ਦੇ ਕੁਝ ਸਰਵ ਉੱਚ ਕਮਾਂਡਰਾਂ ਦੇ ਉਸ ਨਾਲ ਮਤਭੇਦ ਵੀ ਹੋਣ ਕਰਕੇ 19 December 1942 ਨੂੰ ਸਰਦਾਰ ਮੋਹਨ ਸਿੰਘ ਨੂੰ ਉਸ ਦੀ ਕਮਾਨ ਤੋਂ ਹਟਾ ਕੇ ਜਾਪਾਨੀ ਫੌਜ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਫਿਰ June 1943 ਵਿੱਚ ਜਰਮਨੀ ਤੋਂ ਨੇਤਾ ਸੁਭਾਸ਼ ਚੰਦਰ ਬੋਸ ਦੇ ਆਉਣ ਤੋਂ ਬਾਅਦ ਹੀ ਆਜ਼ਾਦ ਹਿੰਦ
ਫੌਜ ਨੂੰ ਮੁੜ ਸੁਰਜੀਤ ਕੀਤਾ ਗਿਆ ਸੀ, ਪਰ ਉਸ ਵੇਲੇ ਸਰਦਾਰ ਮੋਹਨ ਸਿੰਘ ਨੂੰ ਦੁਬਾਰਾ ਉਸ ਫੌਜ ਵਿੱਚ ਸ਼ਾਮਲ ਨਾ ਕੀਤਾ ਗਿਆ। ਜਾਪਾਨ ਦੀ ਹਾਰ ਤੋਂ ਬਾਅਦ ਸਰਦਾਰ ਮੋਹਨ ਸਿੰਘ ਨੂੰ ਅੰਗਰੇਜ਼ਾਂ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਮੁਕੱਦਮਿਆਂ ਦਾ ਸਾਹਮਣਾ ਕਰਨ ਲਈ ਭਾਰਤ ਵਾਪਸ ਭੇਜ ਦਿੱਤਾ। ਹਾਲਾਂਕਿ INA ਦੇ ਲਾਲ ਕਿਲੇ ਦੇ ਟ੍ਰਾਇਲਾਂ ਦੁਆਰਾ ਭੜਕੇ ਲੋਕਾਂ ਦੇ ਦਬਾਅ ਕਾਰਨ ਸਰਦਾਰ ਮੋਹਨ ਸਿੰਘ ਨੂੰ ਸਿਰਫ ਫੌਜ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਬਾਅਦ ਵਿੱਚ ਸਰਦਾਰ ਮੋਹਨ ਸਿੰਘ ਜੀ ਨੇ ਰਾਜ ਸਭਾ ਦੇ ਮੈਂਬਰ ਵਜੋਂ ਭਾਰਤੀ ਸੰਸਦ ਵਿੱਚ ਸੇਵਾ ਨਿਭਾਈ। ਮੋਹਨ ਸਿੰਘ ਜੀ ਰਾਜਨੀਤੀ ਵਿੱਚ ਦਾਖਲ ਹੋਏ ਅਤੇ ਫਰਵਰੀ 1947 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਉਹਨਾਂ ਦਾ ਸੁਪਨਾ 15 ਅਗਸਤ 1947 ਨੂੰ ਭਾਰਤ ਦੀ ਆਜ਼ਾਦੀ ਨਾਲ ਸਾਕਾਰ ਹੋ ਗਿਆ। ਪਰ ਇਸ ਦੇ ਨਾਲ ਹੀ ਦੇਸ਼ ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਦਿੱਤਾ ਗਿਆ। ਫਿਰ ਉਹਨਾਂ ਨੂੰ ਆਪਣਾ ਪਿੰਡ ਅਤੇ ਘਰ ਛੱਡਣਾ ਪਿਆ ਜੋ ਕਿ ਪਾਕਿਸਤਾਨ ਵਿੱਚ ਰਹਿ ਗਿਆ ਸੀ। ਫਿਰ ਉਹਨਾਂ ਨੂੰ ਲੁਧਿਆਣਾ ਦੇ ਨੇੜੇ ਪਿੰਡ ਜੰਗੀਆਣਾ ਵਿੱਚ ਕੁਝ ਜ਼ਮੀਨ ਅਲਾਟ ਕੀਤੀ ਗਈ ਜਿੱਥੇ ਉਹ ਪੱਕੇ ਤੌਰ ਤੇ ਵੱਸ ਗਏ। ਪੰਜਾਬ ਵਿੱਚ ਇੱਕ ਵਿਧਾਇਕ ਦੇ ਤੌਰ ਤੇ ਕੰਮ ਕਰਨ ਤੋਂ ਬਾਅਦ ਉਹ 2 ਵਾਰ ਭਾਰਤੀ ਸੰਸਦ ਦੇ ਰਾਜ ਸਭਾ ਲਈ ਚੁਣੇ ਗਏ। ਸੰਸਦ ਦੇ ਅੰਦਰ ਅਤੇ ਬਾਹਰ ਉਹਨਾਂ ਨੇ ਆਪਣੀ ਆਜ਼ਾਦ ਹਿੰਦ ਫੌਜ ਦੇ ਮੈਂਬਰਾਂ ਨੂੰ ਦੇਸ਼ ਦੀ ਆਜ਼ਾਦੀ ਦੇ ਉਦੇਸ਼ ਲਈ ਆਜ਼ਾਦੀ ਘੁਲਾਟੀਆਂ ਵਜੋਂ ਮਾਨਤਾ ਦੇਣ ਦੀ ਕੋਸ਼ਿਸ਼ ਕੀਤੀ ਅਤੇ ਹੋਰ ਵੀ ਬਹੁਤ ਸਮਾਜ ਸੇਵੀ ਕੰਮ ਕਰਦੇ ਕਰਦੇ 26 ਦਸੰਬਰ 1999 ਨੂੰ ਸਰਦਾਰ ਮੋਹਨ ਸਿੰਘ ਜੀ ਇਸ ਦੁਨੀਆਂ ਨੂੰ ਅਲਵਿਦਾ ਕਰ ਗਏ। ਸੋ ਜਾਣਕਾਰੀ ਵਧੀਆ ਲੱਗੀ, ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਸਭ ਤੋਂ ਪਹਿਲਾਂ ਤੁਸੀਂ ਦੇਖ ਸਕੋ।